ਜਿਸ ਤਰ੍ਹਾਂ ਪੰਜਾਬ ਸਰਕਾਰ ਵੱਲੋਂ ਰੋਜ਼ਗਾਰ ਦੇਣ ਦੀ ਮੁਹਿੰਮ ਜਿਹੜੀ ਹੈ ਵੱਖ ਵੱਖ ਵਿਭਾਗਾਂ ਦੇ ਵਿੱਚ ਉਹ ਚੱਲ ਰਹੀ ਹੈ। ਕੱਲ੍ਹ ਵੀ ਮੈਂ 520 ਦੇ ਕਰੀਬ ਵੱਖ ਵੱਖ ਵਿਭਾਗਾਂ ਦੇ ਨੌਜਵਾਨ ਮੁੰਡੇ ਕੁੜੀਆਂ ਨੂੰ ਨਿਯੁਕਤੀ ਪੱਤਰ ਦੇ ਕੇ ਹਟੇ। ਅੱਜ ਇੱਥੇ 461 ਨਿਯੁਕਤੀ ਪੱਤਰ ਵੰਡੇ ਗਏ ਨੇ। 450 ਹੈੱਡ ਕਾਂਸਟੇਬਲ ਇਨਵੈਸਟੀਗੇਸ਼ਨ ਦੇ ਵਿੱਚ ਪੰਜਾਬ ਪੁਲਿਸ ਦੇ ਵਿੱਚ ਜਿਹੜੇ ਭਰਤੀ ਹੋਏ ਨੇ ਨੌਜਵਾਨ ਮੁੰਡੇ ਕੁੜੀਆਂ, ਉਹਨਾਂ ਨੂੰ ਨਿਯੁਕਤੀ ਪੱਤਰ ਵੰਡੇ ਨੇ ਔਰ ਇਹ ਨੌਕਰੀਆਂ ਦੇਣ ਦਾ ਸਿਲਸਿਲਾ ਮੁਸਲਸਲ ਇਸੇ ਤਰ੍ਹਾਂ ਲਗਾਤਾਰ ਜਾਰੀ ਰਹੂਗਾ, ਕਿਉਂਕਿ ਜਦੋਂ ਇੱਥੇ ਹੀ ਰੋਜ਼ਗਾਰ ਮਿਲੂਗਾ, ਇੱਥੇ ਹੀ ਬੱਚੇ ਜਿਹੜੇ ਨੇ ਕੰਮ ਕਰਨਗੇ ਆਪਣੇ ਰਿਸ਼ਤੇਦਾਰਾਂ ਦੋਸਤਾਂ ਮਿੱਤਰਾਂ ਚ, ਇੱਥੇ ਹੀ ਉਹਨਾਂ ਦੀਆਂ ਦੀਵਾਲੀਆਂ ਲੋਹੜੀਆਂ ਹੋਣਗੀਆਂ, ਤਾਂ ਉਹ ਵਿਦੇਸ਼ਾਂ ਵੱਲ ਭੱਜਣ ਤੋਂ ਵੀ ਗੁਰੇਜ਼ ਕਰਨਗੇ, ਨਾਲ ਬੁਰੀ ਸੰਗਤ ਤੋਂ ਜਾਂ ਨਸ਼ਿਆਂ ਤੋਂ ਬਚਣਗੇ। ਜਦੋਂ ਕੰਮ ਹੀ ਮਿਲ ਗਿਆ, ਜਦੋਂ ਇੱਕ ਰੋਜ਼ਗਾਰ ਮਿਲ ਗਿਆ, ਤਾਂ ਉਹ ਧਿਆਨ ਸਾਰਾ ਜਿਹੜਾ ਉਸ ਰੋਜ਼ਗਾਰ ਵੱਲ, ਤਾਂ ਉਸ ਰੋਜ਼ਗਾਰ ਤੋਂ ਉੱਪਰ ਤਰੱਕੀ ਕਰਨ ਵੱਲ ਚਲਾ ਜਾਂਦਾ। ਸੋ ਬੜੀ ਖੁਸ਼ੀ ਹੈ ਕਿ ਵੱਖ ਵੱਖ ਵਿਭਾਗਾਂ ਦੇ ਵਿੱਚ ਜਿੰਨੀਆਂ ਵੀ ਨੌਕਰੀਆਂ ਕਲੀਅਰ ਹੁੰਦੀਆਂ ਨੇ ਮਾਨਯੋਗ ਹਾਈ ਕੋਰਟ ਵੱਲੋਂ, ਤਾਂ ਕਿ ਕੋਈ ਕੋਰਟ ਦਾ ਕੋਈ PIL ਜਾਂ ਕੋਈ ਇਸ ਤਰ੍ਹਾਂ ਦਾ ਅੜਿੱਕਾ ਨਾ ਹੋਵੇ। ਅਸੀਂ ਇੱਦਾਂ ਨਹੀਂ ਕਰਦੇ ਕਿ ਮੈਂ ਅੱਜ 5000 ਮੁੰਡੇ ਕੁੜੀਆਂ ਨੂੰ ਬੁਲਾ ਲਾਂ ਜੀ ਨੌਕਰੀਆਂ ਦੇਤੀਆਂ, ਅਤੇ ਬਾਅਦ 'ਚੋਂ ਉਹਨਾਂ 'ਚੋਂ 2-3000 ਅਗਲੇ ਦਿਨ ਕੋਰਟਾਂ 'ਚ ਫਿਰਦਾ ਹੋਵੇ ਧੱਕੇ ਖਾਂਦਾ, ਕਿਸੇ ਨੇ PIL ਪਾਤੀ ਹੋਵੇ। ਅਸੀਂ ਬਿਲਕੁਲ ਕਲੀਅਰ ਕਰਕੇ, ਲੀਗਲ ਜਿਹੜਾ ਪਾਸਾ ਹੈ ਕਲੀਅਰ ਕਰਕੇ ਹੀ ਨੌਕਰੀਆਂ ਜਿਹੜੀਆਂ ਨੇ ਉਹਨਾਂ ਨੂੰ ਹਰੀ ਚੱਲੀ ਦਿੰਦੇ। ਮਾਨ ਸਾਹਿਬ, ਉਸ ਦਿਨ ਆਪਨੇ 13-0 ਕੀ ਬਾਤ ਕੀਤੀ, ਅਲਾਇੰਸ ਕੀ ਬਾਤ ਚੱਲ ਰਹੀ ਹੈ, ਤੋ ਆਪ ਅਭੀ ਵੀ 13-0 ਕੋ ਮਾਨ ਰਹੇ ਹੈਂ ਆਮ ਆਦਮੀ ਪਾਰਟੀ ਕੇ ਪਕਸ਼ ਮੇਂ? ਹਾਂਜੀ, ਪੂਰੇ ਦੇਸ਼ ਕਾ ਪੰਜਾਬ ਬਨੇਗਾ ਹੀਰੋ। ਇਸ ਵਾਰ ਲੋਕ ਸਭਾ ਮੇਂ ਆਮ ਆਦਮੀ ਪਾਰਟੀ ਪੰਜਾਬ ਮੇਂ 13-0, 13-13 ਜਿੱਤੇਗੀ। ਪੰਜਾਬ ਮੇਂ ਅਲਾਇੰਸ ਹੋਗਾ? ਕਿਉਂ ਲੱਗੇ 26 ਜਨਵਰੀ ਨੂੰ ਜਾਨ ਤੋਂ ਮਾਰਨ ਦੀਆਂ ਤੁਹਾਨੂੰ ਵੀ ਦਿੱਤੀਆਂ DGP ਸਾਹਿਬ ਨੂੰ? ਕੋਈ ਗੱਲ ਨਹੀਂ ਜੀ, ਜਦੋਂ ਅਸੀਂ ਕੋਈ ਜੋਬ ਕਰ ਰਹੇ ਹਾਂ, ਜਦੋਂ ਅਸੀਂ 3.5 ਕਰੋੜ ਲੋਕਾਂ ਦੇ ਸੁੱਖ ਤੇ ਚੈਨ ਦੀ ਜਿਹੜੀ ਨੀਂਦ ਖਰਾਬ ਕਰਨ ਵਾਲਿਆਂ ਨੂੰ ਅਸੀਂ ਸਜ਼ਾਵਾਂ ਦੇ ਰਹੇ ਹਾਂ, ਉਹਨਾਂ ਨੂੰ ਜੇਲ੍ਹਾਂ 'ਚ ਦੇ ਰਹੇ ਹਾਂ, ਜਾਂ ਉਹ ਜੇ ਅੱਗਿਓਂ ਕੋਈ ਬਾਉਂਸ ਬੈਕ ਕਰਦੇ ਨੇ ਤਾਂ ਉਹਨਾਂ ਨੂੰ ਗੋਲੀਆਂ ਵੀ ਲੱਗ ਰਹੀਆਂ ਨੇ, ਜ਼ਖਮੀ ਵੀ ਹੋ ਰਹੇ ਨੇ, ਔਰ ਕਈ ਤਾਂ ਮਾਰੇ ਵੀ ਗਏ ਨੇ, ਤਾਂ ਫਿਰ ਕੋਈ ਗੱਲ ਨਹੀਂ, ਇਹ ਤਾਂ ਫਿਰ ਆਉਣਗੇ ਹੀ, ਕੋਈ ਗੱਲ ਨਹੀਂ, ਰਾਖੀ ਕਰਨਾ, ਸੁੱਖ ਚੈਨ ਉਹਨਾਂ ਦਾ ਬਹਾਲ ਰੱਖਣਾ, ਇਹ ਸਾਡਾ ਫਰਜ਼ ਹੈ। ਸੋ ਅਸੀਂ ਆਪਣੀ ਪੁਲਿਸ ਨੂੰ ਵੀ ਅਪਡੇਟ ਰੱਖਦੇ ਹਾਂ, ਤਾਂ ਕਿਉਂਕਿ ਸਾਡੇ 500 ਕਿਲੋਮੀਟਰ ਦੇ ਲਗਭਗ 532 ਕਿਲੋਮੀਟਰ ਸਾਡਾ ਜਿਹੜਾ ਬਾਰਡਰ ਹੈ ਉਹ ਪਾਕਿਸਤਾਨ ਨਾਲ ਹੈ। ਸੋ ਸਾਨੂੰ ਇੰਟਰਨਲ ਸਿਕਿਉਰਿਟੀ ਦੇ ਨਾਲ ਨਾਲ ਸਾਨੂੰ ਬਾਹਰੋਂ ਵੀ ਜਿਹੜਾ ਪਾਕਿਸਤਾਨ ਵਾਲੇ ਪਾਸਿਓਂ ਵੀ ਸਾਨੂੰ ਬਹੁਤ ਸਾਰਾ ਧਿਆਨ ਦੇਣਾ ਪੈਂਦਾ, ਔਰ BSF ਨੇ ਮਾਨ ਸਾਹਿਬ ਟੂ ਇਸ਼ੂਸ, ਆਰ ਯੂ ਰੂਲਿੰਗ ਆਊਟ, ਆਰ ਯੂ ਰੂਲਿੰਗ ਆਊਟ ਅਲਾਇੰਸ ਵਿਦ ਕਾਂਗਰਸ ਪਾਰਟੀ ਸਰ? ਕੀ ਤੁਹਾਨੂੰ ਆਈ ਉਹ ਵੀ ਭਾਰਤ ਤੋਂ ਬਾਹਰ ਆਈ ਗੈਂਗਸਟਰਸ ਵੀ ਭਾਰਤ ਤੋਂ ਬਾਹਰ ਬਹਿ ਕੇ? ਦੇਖੋ ਜੀ, ਕਈ ਦੇਸ਼ ਇਹੋ ਜਿਹੇ ਨੇ ਜਿੱਥੇ ਉਹਨਾਂ ਨੇ ਪਨਾਹ ਲਈ ਹੋਈ ਹੈ, ਉਹਨਾਂ ਨੇ ਉਹਨਾਂ ਮੁਲਕਾਂ ਦਾ ਵੀ ਜਿਹੜਾ ਉੱਥੇ ਰਹਿਣਾ ਉੱਪਰ ਕਰ। ਮਾਨ ਸਾਹਿਬ, ਮਾਨ ਸਾਹਿਬ, ਮਾਨ ਸਾਹਿਬ, ਜਿਹੜੇ ਵੀ ਮੁਲਕ ਦੇ ਵਿੱਚ ਕੋਈ ਇਸ ਤਰ੍ਹਾਂ ਦੇ ਦੇਸ਼ ਵਿਰੋਧੀ ਅੰਸਰ ਹੈਗੇ ਨੇ, ਉਹ ਜਾਂ ਤਾਂ ਉਹਨਾਂ ਦੀਆਂ ਸਰਕਾਰਾਂ ਉੱਥੇ ਹੀ ਉਹਨਾਂ ਨੂੰ ਰੋਕਣ, ਜਾਂ ਫਿਰ ਜੋ ਭਾਰਤ ਸਰਕਾਰ ਦੀ ਨੀਤੀ ਹੈ, ਜਿਵੇਂ ਸਾਡੇ ਵੀ ਕਈ ਮੋਸਟ ਵਾਂਟਡ ਜਿਹੜੇ ਨੇ ਉਹ ਵਿਦੇਸ਼ਾਂ 'ਚ ਰਹਿੰਦੇ ਨੇ, ਅਤੇ ਅਸੀਂ ਵੀ ਕੋਸ਼ਿਸ਼ ਕਰ ਰਹੇ ਹਾਂ, ਕਿਉਂਕਿ ਇਹ ਇੰਟਰਨੈਸ਼ਨਲ ਮਾਮਲਾ, ਸਾਨੂੰ ਫਿਰ ਮਿਨਿਸਟਰੀ ਆਫ ਐਕਸਟਰਨਲ ਅਫੇਅਰ ਅਤੇ ਹੋਮ ਅਫੇਅਰ ਨਾਲ ਗੱਲਬਾਤ ਕਰਕੇ ਜਿਹੜਾ ਕਰਨਾ ਪੈਂਦਾ, ਅਸੀਂ ਉਹਨਾਂ ਨਾਲ ਇਨ ਟੱਚ ਲਗਾ। ਨਵਜੋਤ ਸਿੰਘ ਸਿੱਧੂ ਜਦੋਂ ਮੰਤਰੀ ਸੀ ਉਦੋਂ ਤਾਂ ਕੁਛ ਕੀਤਾ ਨੀ, ਨਵਜੋਤ ਸਿੰਘ ਸਿੱਧੂ ਨੂੰ ਜਦੋਂ ਬਿਜਲੀ ਮੰਤਰਾਲਾ ਦਿੱਤਾ ਸੀ ਉਦੋਂ ਉਹਨਾਂ ਨੇ ਲਿਆ ਨੀ,
ਹੁਣ ਜੇ ਅਸੀਂ 1,000-1,080 crore ਦਾ ਅਸੀਂ ਥਰਮਲ ਪਲਾਂਟ ਖਰੀਦ ਲਿਆ ਤਾਂ ਉਹ ਕਹਿੰਦੇ 6,000 crore ਦਾ ਪਤਾ ਨੀ ਕਿੱਥੋਂ ਹੋਰ ਦੇਣਾ। ਸੋ ਮੈਂ ਸਿੱਧੂ ਸਾਹਿਬ ਨੂੰ ਬੇਨਤੀ ਕਰਦਾ, YPS ਚ ਪੜੇ ਹੋਏ ਨੇ ਉਹ, ਬੜੇ ਵੱਡੇ ਸਕੂਲਾਂ ਚ ਪੜੇ ਹੋਏ ਨੇ, ਕਿਰਪਾ ਕਰਕੇ ਅੰਕੜੇ ਪੂਰੇ ਲੈ ਕੇ ਆਇਆ ਕਰੋ। ਲਿਟਲ ਨੌਲੇਜ ਇਜ਼ ਟੂ ਡੇਂਜਰਸ, ਜੇ ਪੰਜਾਬੀ ਚ ਕਹਾਂ ਘੱਟ ਜਾਣਕਾਰੀ ਬਹੁਤ ਖਤਰਨਾਕ ਹੋ ਜਾਂਦੀ।